السلام علیکم اج دا ولوگ شروع کردے ہیں جناب اللہ تعالیٰ دی رحمت فضل اور شکر دے نال جناب میں صرف اے مووی اس وجہ تو بنا رہا ہوں کہ مری دے وچ تسی دیکھیا ہونا کتنا طوفان آیا ہے تے اج فن لینڈ دے وچ بھی بہت تیز برف باری ہو رہی ہے تسی مسلسل دیکھ رہے ہو گے اے دیکھو کتنے کتنے برف پئی ہوئی ہے اے دیکھو اے ہجے بوٹ ہور تھلے جا رہے ہیں دیکھو صحیح ہے ان دے باوجود بھی دیکھو کتنی برف پئی ہوئی ہے دیکھو سڑکاں بھی نظر نہیں آ رہی اے دیکھو تسی ਇਹ ਮੇਰੀ ਗੱਡੀ ਖੜੀ ਹੈ ਸਹੀ ਹੈ ਇਹ ਦੇਖੋ ਕਿੰਨੀ ਬਰਫ਼ਬਾਰੀ ਹੋ ਰਹੀ ਹੈ ਮੁਸਲਸਲ ਬਰਫ਼ਬਾਰੀ ਹੋ ਰਹੀ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਇਹ ਗੱਡੀਆਂ ਦੇਖੋ ਚੱਲ ਰਹੀਆਂ ਹੈਗੀਆਂ ਨੇ ਲੇਕਿਨ ਉਹਦੇ ਬਾਵਜੂਦ ਵੀ ਇਹ ਜਿਹੜਾ ਕਹਿ ਸਕਦੇ ਹੋ ਤੁਸੀਂ ਕਿ ਇਹ ਬਰਫ਼ ਜਿਹੜੀ ਹੈ ਇਹ ਬੰਦ ਨਹੀਂ ਮਕਸਦ ਕਿ ਹੋਏਗਾ ਮੁਲਕ ਇਹਨਾਂ ਦਾ ਜਾਮ ਨਹੀਂ ਹੁੰਦਾ ਫੌਰਨ ਇਹ ਸੁਬਹ ਮੈਂ ਤੁਹਾਨੂੰ ਦਿਖਾਵਾਂਗਾ ਇਹ ਸਾਰੀਆਂ ਸਫਾਈ ਹੋਈ ਵੀ ਸੜਕਾਂ ਵਗੈਰਾ ਇੱਥੇ ਹੈਗੀਆਂ ਨੇ ਮਰੀ ਤਰ੍ਹਾਂ ਦਾ ਕੋਈ ਹਾਦਸਾ ਇੱਥੇ ਨਹੀਂ ਹੁੰਦਾ ਹੈਗਾ ਸ਼ੁਕਰ ਅਲਹਮਦੁਲਿਲਾ ਕਿ ਇਹ ਸਾਰੀ ਰਾਤ ਤਕਰੀਬਨ ਸਾਫ਼ ਕਰਨਗੇ ਇਹ ਤੁਸੀਂ ਪੌਦਿਆਂ ਦੇ ਉੱਤੇ ਦੇਖੋ ਬਰਫ਼ ਕਿੰਨੀ ਪਈ ਹੈ ਗੱਡੀ ਦੇ ਪਿੱਛੇ ਦੇਖੋ ਕਿੰਨੀ ਬਰਫ਼ ਪਈ ਹੋਈ ਹੈ ਅਜੇ ਵੀ ਮੁਸਲਸਲ ਬਰਫ਼ ਪੈ ਰਹੀ ਹੈ ਅਤੇ ਉਹਦੇ ਬਾਵਜੂਦ ਵੀ ਸੁਬਹਾ ਤੁਹਾਨੂੰ ਮੈਂ ਸੜਕਾਂ ਦਿਖਾਵਾਂਗਾ ਬਿਲ ਸਾਫ਼ ਹੋਣਗੀਆਂ ਸੜਕਾਂ ਔਰ ਇਹ ਗੱਡੀ ਦਾ ਹੁਣ ਬਰਫ਼ ਜ਼ਾਹਿਰ ਦੇਖ ਰਹੇ ਹੋ ਤੁਸੀਂ ਕਿੰਨੀ ਕੁ ਪੈ ਚੁੱਕੀ ਹੈ ਲੇਕਿਨ ਇਹ ਮੈਂ ਤੁਹਾਨੂੰ ਸੁਬਹਾ ਗੱਡੀ ਦਿਖਾਵਾਂਗਾ ਕਿ ਬਰਫ਼ ਕਿੰਨੀ ਕੁ ਜ਼ਿਆਦਾ ਇਹਦੇ ਉੱਤੇ ਪਈ ਲੇਕਿਨ ਉਹਦੇ ਬਾਵਜੂਦ ਸੜਕਾਂ ਬਿਲਕੁਲ ਸਾਫ਼ ਹੋਣਗੀਆਂ ਥੋੜ੍ਹੀ ਜਿਹੀ ਵੀ ਬਰਫ਼ਬਾਰੀ ਨਹੀਂ ਤੁਹਾਨੂੰ ਨਜ਼ਰ ਆਏਗੀ ਸੁਬਹਾ ਵੀ ਇਨਸ਼ਾਅੱਲਾ ਬੜਾ ਪਿਆਰਾ ਮੌਸਮ ਹੋਏਗਾ ਸੁਬਹਾ ਵੀ ਤੁਸੀਂ ਦੇਖ ਲੈਣਾ ਇਹ ਦੇਖੋ ਸਾਰਾ ਅਤੇ ਬਾਕੀ ਤੁਹਾਨੂੰ ਮੈਂ ਬਰਫ਼ ਦਿਖਾਉਂਦਾ ਵਾਂ ਕਿ ਅੱਜ ਬਰਫ਼ ਦੀ ਕਿੰਨੀ ਸਪੀ ਹੈ ਸਪੀਡ ਨਾਲ ਪੈ ਰਹੀ ਹੈ ਦੇਖੋ ਬਾਰਿਸ਼ ਤਰ੍ਹਾਂ ਪੈ ਰਹੀ ਹੈ ਬਰਫ਼ ਅੱਜ ਦੇਖੋ ਪਿੱਛੇ ਕਿੰਨੀ ਬਰਫ਼ ਪਈ ਹੈ ਔਰ ਮੁਸਲਸਲ ਤੇਜ਼ੀ ਨਾਲ ਪੈ ਰਹੀ ਹੈ ਬਰਫ਼ ਸੁਬਹ ਇਨਸ਼ਾਅੱਲਾ ਮੈਂ ਤੁਹਾਨੂੰ ਗੱਡੀ ਵੀ ਦਿਖਾਵਾਂਗਾ ਅਤੇ ਬਰਫ਼ਬਾਰੀ ਵੀ ਸੁਬਹ ਜਿਹੜੀ ਹੈ ਕਿ ਗੱਡੀ ਦੇ ਉੱਤੇ ਕਿੰਨੀ ਕੁ ਹੋਈ ਹੈ ਅਤੇ ਉਹਦੇ ਬਾਵਜੂਦ ਦੇਖ ਲਿਆ ਕਿ ਮੁਲਕ ਦੀਆਂ ਸੜਕਾਂ ਸਾਰੀਆਂ ਸਾਫ਼ ਹੋਈਆਂ ਹੋਣਗੀਆਂ ਸੁਬਹ ਜਨਾਬ ਹੋ ਗਈ ਹੈ ਸੁਬਹ ਦੀ ਵਜ੍ਹਾ ਹੁਣ ਮੈਂ ਜਾ ਰਿਹਾ ਸੀ ਕੰਮ 'ਤੇ ਅਤੇ ਮੈਂ ਕਿਹਾ ਤੁਹਾਨੂੰ ਦਿਖਾਉਂ ਕਿੰਨੀ ਕਿੰਨੀ ਬਰਫ਼ ਪਈ ਹੋਈ ਹੈ ਇਹ ਦੇਖੋ ਗੱਡੀਆਂ ਤਕਰੀਬਨ ਛੁੱਪ ਚੁੱਕੀਆਂ ਨੇ ਰਾਤੀ ਮੈਂ ਤੁਹਾਨੂੰ ਦਿਖਾਇਆ ਸੀ ਇਹ ਕਿੰਨੀ ਬਰਫ਼ ਪਈ ਤਕਰੀਬਨ ਛੇ ਛੇ ਸੱਤ ਸੱਤ ਇੰਚ ਬਰਫ਼ ਪਈ ਹੋਈ ਹੈ ਇਹ ਗੱਡੀ ਜੀ ਆਪਣੀ ਖੜੀ ਹੈ ਇਹ ਨਾਲ ਵੀ ਦੂਜੀ ਵੀ ਆਪਣੀ ਹੈ ਤੀਸਰੀ ਵੀ ਆਪਣੀ ਹੈ ਇਹ ਡਿਲੀਵਰੀ ਵਾਸਤੇ ਤਿੰਨ ਗੱਡੀਆਂ ਜਿਹੜੀਆਂ ਹੁੰਦੀਆਂ ਡਿਲੀਵਰੀ ਇਹਨਾਂ 'ਤੇ ਹੁੰਦੀ ਹੈ ਖਰਾਬ ਹੋ ਗਈ ਦੂਸਰੀ ਲੈ ਲੈਂਦਾ ਬੰਦਾ ਚਲਾ ਜਾਂਦਾ ਕੰਮ 'ਤੇ ਅਤੇ ਇਹ ਦੇਖੋ ਜੀ ਕਿੰਨੀ ਬਰਫ਼ਬਾਰੀ ਹੋਈ ਹੋਈ ਇਹ ਜਨਾਬ ਦੇਖ ਲਓ ਕਿੰਨੀ ਕਿੰਨੀ ਬਰਫ਼ ਪਈ ਹੋਈ ਹੈ ਅਤੇ ਇਹ ਸਾਫ਼ ਕਰਦੇ ਹਾਂ ਸਾਰੀ ਬਰਫ਼ ਇਹ ਦੇਖੋ ਜੀ ਕਿੰਨੀ ਬਰਫ਼ ਪਈ ਹੋਈ ਇੱਦਾਂ ਹੀ ਜਨਾਬ ਇੱਧਰ ਪਈ ਹੋਈ ਹੈ ਬਰਫ਼ ਇੱਧਰਲੀ ਸਾਈਡ 'ਤੇ ਲੇਕਿਨ ਮਰੀ ਵਾਲਾ ਸਾਹਿਬ ਇੱਥੇ ਨਹੀਂ ਹੈਗਾ ਅੱਲਾ ਦੀ ਜ਼ਾਤ ਮਾਫ਼ ਕਰੇ ਬਹੁਤ ਵੱਡਾ ਹਾਦਸਾ ਹੋਇਆ ਪਾਕਿਸਤਾਨ 'ਚ ਉਹ ਤਾਂ ਖੈਰ ਇਹ ਦੇਖੋ ਜੀ ਕਿੰਨੀ ਬਰਫ਼ ਹੈ ਇਹ ਦੇਖੋ ਇਹ ਦੇਖੋ ਜੀ ਕਿੰਨੀ ਬਰਫ਼ ਪੈ ਗਈ ਅੰਦਰ ਵੀ ਡਿੱਗ ਗਈ ਹੈ ਬਰਫ਼ ਜਿਹੜੀ ਇਹ ਦੇਖੋ ਜੀ ਕਿੰਨੀ ਬਰਫ਼ ਹੈ ਅੱਲਾ ਨੂੰ ਯਾਦ ਕਰਕੇ ਜੀ ਸਲਮ ਮਾਰਦੇ ਹਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ
ਬਰਫ ਬਹੁਤ ਜ਼ਿਆਦਾ ਜੰਮੀ ਪਈ ਹੈ ਬਰਫ ਗੱਡੀ ਦੇ ਉੱਤੇ ਗੱਡੀ ਬੰਦ ਹੋ ਗਈ ਹੈ ਜੀ ਦੁਬਾਰਾ ਸਟਾਰਟ ਕਰਦੇ ਹਾਂ ਬਰਫ ਜਿਹੜੀ ਹੈ ਕਿ ਬਹੁਤ ਜ਼ਿਆਦਾ ਹੈ ਬਾਹਰ ਜਿਹਦੇ ਕਾਰਨ ਸਕਰੀਨ ਸਾਫ਼ ਕਰਨੀ ਪੈਣੀ ਹੈ ਵੇਖੋ ਜੀ ਕਿੰਨੀ ਬਰਫ਼ ਪਈ ਹੋਈ ਹੈ ਸਾਰੀਆਂ ਗੱਡੀਆਂ ਬਰਫ਼ ਨਾਲ ਭਰ ਗਈਆਂ ਨੇ ਵੇਖੋ ਜੀ ਬਰਫ਼ ਬਹੁਤ ਜ਼ਿਆਦਾ ਗੱਡੀ ਦੇ ਉੱਤੇ ਵੀ ਇੰਝ ਹੀ ਜਨਾਬ ਚੱਲਣਾ ਪੈਣਾ ਵੇਖੋ ਕਿੰਨੀ ਬਰਫ਼ ਹੈ ਲਓ ਜੀ ਬੜੇ ਆਰਾਮ ਨਾਲ ਜਾਣਾ ਪੈਣਾ ਗੱਡੀਆਂ ਸਲਿੱਪ ਬਹੁਤ ਹੁੰਦੀਆਂ ਨੇ ਕਿਉਂਕਿ ਤਕਰੀਬਨ 10-10 ਇੰਚ ਬਰਫ਼ ਪੈ ਚੁੱਕੀ ਹੈ ਅਤੇ ਜਦੋਂ ਰੋਡ ਬਿਲਕੁਲ ਸਾਫ਼ ਹੋਣਗੇ ਦਿਖਾਵਾਂਗੇ ਤੁਹਾਨੂੰ ਇਹ ਅੱਜ ਹੀ ਜਿਹੜਾ ਹੈ ਕਿ ਸ਼ਾਮ ਤੱਕ ਰੋਡ ਐਨ ਕਲੀਅਰ ਕਰ ਦੇਣਗੇ ਬਿਲਕੁਲ ਸਾਫ਼ ਸੁਥਰਾ ਮਾਹੌਲ ਕਰ ਦੇਣਗੇ ਇੱਥੇ ਜਨਾਬ ਵੀਡੀਓ ਦਾ ਐਂਡ ਕਰਦੇ ਹਾਂ ਬਹੁਤ ਸਾਰੀ ਯਾਦ ਰੱਖੀਏ ਅੱਲਾ ਸੋਹਣੇ ਦੇ ਹਵਾਲੇ ਇਨਸ਼ਾਅੱਲਾ ਨੈਕਸਟ ਵੀਡੀਓ ਤੁਹਾਨੂੰ ਮਿਲਾਂਗੇ